ਸ੍ਰੀ ਅਕਾਲ। ਅੱਜ ਕਰੋਨਾ ਨੇ ਪੰਜਾਬ, ਭਾਰਤ ਅਤੇ ਪੂਰੀ ਦੁਨੀਆ ਦੇ ਵਿੱਚ ਆਪਣੇ ਹੱਥ ਫੈਲਾਏ ਹੋਏ ਨੇ ਅਤੇ ਮਨੁੱਖ ਜਾਤੀ ਨੂੰ ਆਪਣੀ ਹੋਂਦ ਦਾ ਖਤਰਾ ਪੈਦਾ ਹੋ ਗਿਆ ਹੈ। ਇਸ ਨੂੰ ਫੈਲਣ ਤੋਂ ਰੋਕਣ ਲਈ ਸਾਨੂੰ ਇਸਦੀ ਲਗਾਤਾਰਤਾ ਨੂੰ ਰੋਕਣਾ ਜ਼ਰੂਰੀ ਹੈ, ਜਿਸ ਲਈ ਸਾਨੂੰ ਆਪਣੇ ਘਰਾਂ ਵਿੱਚ ਰਹਿ ਕੇ ਸੁਰੱਖਿਅਤ ਰਹਿਣ ਦੀ ਲੋੜ ਹੈ। ਮੈਂ ਨਾਗਰਿਕਾਂ ਨੂੰ ਅਤੇ ਵਿਸ਼ੇਸ਼ ਤੌਰ 'ਤੇ ਆਪਣੇ ਵਿਦਿਆਰਥੀਆਂ ਨੂੰ ਇਹ ਅਪੀਲ ਕਰਨਾ ਚਾਹੁੰਦੀ ਹਾਂ ਕਿ ਅਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਬਚਾ ਸਕਦੇ ਹਾਂ। ਮੈਂ ਕਵਿਤਾ ਦੇ ਰੂਪ ਵਿੱਚ ਲਿਖਿਆ ਹੈ, ਆਪ ਜੀ ਦੇ ਸਾਹਮਣੇ ਪੇਸ਼ ਹੈ। ਇਸ 'ਤੇ ਅਮਲ ਕਰਕੇ ਆਪਾਂ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਹੈ, ਆਪਣੇ ਦੇਸ਼ ਨੂੰ, ਪੂਰੇ ਵਿਸ਼ਵ ਨੂੰ, ਪੂਰੀ ਮਨੁੱਖ ਜਾਤੀ ਨੂੰ ਬਚਾਉਣ ਦਾ ਉਪਰਾਲਾ ਕਰਨਾ ਹੈ। ਸਮਾਂ ਨਹੀਂ ਵਿਅਰਥ ਗਵਾਉਣਾ ਹੈ, ਕਰੋਨਾ ਨੂੰ ਮਿਟਾਉਣਾ, ਆਨਲਾਈਨ ਕਰਕੇ ਪੜ੍ਹਾਈ ਨਤੀਜਾ ਚੰਗਾ ਲਿਆਉਣਾ। ਸਮਾਂ ਨਹੀਂ ਹੈ ਗਵਾਉਣਾ, ਕਰੋਨਾ ਦਿਖੇ ਜੇ ਸਾਥੀ ਕੋਈ ਵੀ, ਉਸਦੇ ਨਾਲ ਹੱਥ ਨੀ ਮਿਲਾਉਣਾ, ਖੁਦ ਸੁਰੱਖਿਅਤ ਰਹਿ ਕੇ ਸਭ ਦਾ ਜੀਵਨ ਹੈ ਬਚਾਉਣਾ, ਖੁਦ ਸੁਰੱਖਿਅਤ ਰਹਿ ਕੇ ਸਭ ਦਾ ਜੀਵਨ ਹੈ ਬਚਾਉਣਾ। ਘਰ 'ਚ ਰਹਿ ਕੇ ਕਰਨੀ ਪੜ੍ਹਾਈ, ਪੜ੍ਹ ਕੇ ਗਿਆਨ ਵਧਾਉਣਾ, ਲੰਘਿਆ ਵੇਲਾ ਨਹੀਂ ਮੁੜਨਾ, ਰੋਜ਼ਾਨਾ ਕੰਮ ਹੈ ਮੁਕਾਣਾ। ਸਮਾਂ ਵਿਅਰਥ ਨਹੀਂ ਗਵਾਉਣਾ, ਕਰੋਨਾ ਨੂੰ ਹੈ ਮਿਟਾਉਣਾ, ਕਰੋ ਨਹੀਂ ਬਾਹਰ ਜਾਣਾ, ਕਰੇ ਹੱਥ ਵਟਾਉਣਾ, ਕਰਨੀ ਕਰ ਰਹਿ ਕੇ ਹੀ ਮਸਤੀ, ਬਚਪਨ ਮਸਤ ਬਣਾਉਣਾ, ਜ਼ਿੰਦਗੀ ਮਿਲਦੀ ਨਹੀਂ ਸਸਤੀ, ਇਹਨੂੰ ਉਜਲ ਬਣਾਉਣਾ। ਸਮਾਂ ਨਹੀਂ ਵਿਅਰਥ ਗਵਾਉਣਾ ਹੈ, ਕਰੋਨਾ ਨੂੰ ਭਜਾਉਣਾ, ਸਮੇਂ ਦੀ ਕੀਮਤ ਜੋ ਸਮਝੇ, ਉਸਨੇ ਪਲ ਵੀ ਨਾ ਗਵਾਉਣਾ,
ਸਮੇਂ ਦੀ ਜੀਵਨ ਸਫਲਾ ਬਣਾਉਣਾ। ਸਮੇਂ ਨਹੀਂ ਵਿਅਰਥ ਗਵਾਉਣਾ, ਸਮੇਂ ਨਹੀਂ ਵਿਅਰਥ ਗਵਾਉਣਾ, ਕਰੋਨਾ ਨੂੰ ਹੈ ਮਿਟਾਉਣਾ, ਕਰੋਨਾ ਨੂੰ ਹੈ ਹਟਾਉਣਾ, ਰੱਖਣੀ ਸੁਦੀਪ ਦੂਰੀ ਸਮਾਜਿਕ ਫਰਜ਼ ਨਿਭਾਉਣਾ। ਸਮਾਂ ਨਹੀਂ ਵਿਅਰਥ ਗਵਾਉਣਾ, ਹੈ ਕਰੋਨਾ ਨੂੰ ਮਿਟਾਉਣਾ। ਖੁਦ ਆਨਲਾਈਨ ਕਰਕੇ ਪੜ੍ਹਾਈ, ਚੰਗਾ ਨਤੀਜਾ ਹੈ ਲਿਆਉਣਾ। ਆਨਲਾਈਨ ਕਰਕੇ ਪੜ੍ਹਾਈ, ਨਤੀਜਾ ਚੰਗਾ